ਜਿਹੜੇ ਲੜਕੀਆਂ ਦੇ ਚਿਹਰੇ ਤੇ ਵਾਲ ਬਹੁਤ ਜ਼ਿਆਦਾ ਗਰੋਥ ਹੋ ਗਈ ਆ, ਉਹਦਾ ਹੱਲ ਕੀ ਹੈ? ਵੈਸੇ ਆਪਾਂ ਕਾਰਨਾਂ 'ਤੇ ਤਾਂ ਗੱਲ ਕਰ ਲਈ ਆ। ਅਸੀਂ ਇੱਕ ਕਰੀਮ ਬਣਾਈ ਸੀ, ਉਹਦਾ ਨਾਂ ਉਹ ਹੈਗੀ ਆ ਇਨਹੈਪਟਰ। ਮੈਂ ਤਾਂ ਬੋਲ ਦਿੰਦਾ ਕਿ ਜਿੱਥੇ ਮਰਜ਼ੀ ਲੋਕਾਂ ਨੂੰ ਮਿਲ ਜੇ ਇਨਹੈਪਟਰ, ਇੱਕ ਕੋਈ ਸਾਡੀ ਆਪਦੀ ਨਹੀਂ ਹੈ, ਇਹ ਆਮ ਮਾਰਕੀਟ 'ਚ ਮਿਲਦੀ ਹੈ ਚੀਜ਼। ਜਿੱਦਾਂ ਵੀ ਉਹਨਾਂ ਦੇ ਸਾਫ਼ ਹੁੰਦੇ ਨੇ ਕਰ ਲੈਣ, ਪਲੱਕਰ ਨਾਲ ਕਰ ਲੈਣ, ਉਹ ਕਿਸੇ ਵੀ ਲੇਜ਼ਰ ਨਾਲ ਕਰ, ਜਿੱਦਾਂ ਵੀ ਉਹ ਵਾਲ ਕਰਦੇ ਆ ਕਰ ਲੈਣ ਸਾਫ਼, ਅਤੇ ਉਹ ਜਿਹੜੀ ਇਨਹੈਪਟਰ ਕਰੀਮ ਆ ਉਹਨੂੰ ਲਾਉਣਾ ਸ਼ੁਰੂ ਕਰ। ਤਾਂ ਸਾਡੇ ਬਹੁਤ ਸਾਰੀਆਂ ਮਾਤਾ ਭੈਣਾਂ, ਸਾਡੇ ਕੋਲ ਜ਼ਿਆਦਾ ਏਜ ਵਾਲੀ ਲੇਡੀਜ਼ ਆਈਆਂ ਸੀ ਉਹਦੇ ਵਿੱਚ, ਹੁਣ ਵੀ ਆਉਂਦੀਆਂ ਨੇ, ਅਤੇ ਉਹਨਾਂ ਨੂੰ ਦਿੱਤੀ ਅਸੀਂ ਉਹ। ਅੱਛਾ, ਉਹਦਾ ਜਿਹੜਾ ਬੈਨੀਫਿਟ ਮਿਲਿਆ ਜੀ, ਉਹ ਕਮਾਲ ਮਿਲਿਆ। ਅੱਛਾ, ਕੀ ਰਿਜ਼ਲਟ ਰਿਹਾ ਜੀ? ਉਹਦਾ ਰਿਜ਼ਲਟ ਇਹ ਰਿਹਾ ਕਿ ਮਤਲਬ ਜਿਵੇਂ ਸਾਲ ਸਵਾ ਸਾਲ ਦੇ ਵਿੱਚ ਵਿੱਚ ਹੇਅਰ ਆਉਣੇ ਬੰਦ ਹੋ ਗਏ, ਹੋਰ ਜਿਹੜੇ ਸੀਗੇ ਉਹ ਬਲੌਕ ਕਰਤੇ ਉਸ ਚੀਜ਼ ਨੇ, ਹੋਰ ਕੁਛ ਨਹੀਂ ਹੋਇਆ। ਵੀ ਉਹ ਜਿਹੜੇ ਹਾਰਮੋਨ ਬੈਲੈਂਸ ਆ ਉਹ ਤਾਂ ਉਹ ਅਲੱਗ ਟ੍ਰੀਟਮੈਂਟ ਆ ਉਹ ਦਿੱਤੇ, ਉਹਦੇ ਨਾਲ ਬਹੁਤ ਘੱਟ ਰਿਜ਼ਲਟ ਆਇਆ, ਹਾਰਮੋਨ ਸੈਟਿੰਗ ਕਰਨ ਦੇ ਵਿੱਚ ਬਹੁਤ ਘੱਟ ਰਿਜ਼ਲਟ ਆਇਆ। ਜਿਹੜੇ ਲੜਕੀਆਂ ਦੇ ਚਿਹਰੇ ਤੇ ਵਾਲ ਬਹੁਤ ਜ਼ਿਆਦਾ ਗਰੋਥ ਹੋ ਗਈ ਆ, ਉਹਦਾ ਹੱਲ ਕੀ ਹੈ? ਵੈਸੇ ਆਪਾਂ ਕਾਰਨਾਂ 'ਤੇ ਤਾਂ ਗੱਲ ਕਰ ਲਈ ਆ, ਉਹਦਾ ਹੱਲ ਕੀ ਹੈ ਫਿਰ? ਉਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ, ਆਪਣਾ ਸੋਢੀ ਸਾਹਿਬ, ਅਸੀਂ ਪਿੱਛੇ ਜੇ ਕੋਈ 4 ਕੁ ਸਾਲ ਹੋ ਗਏ, 3-4 ਸਾਲ ਹੋ ਗਏ, ਅਸੀਂ ਇੱਕ ਕਰੀਮ ਬਣਾਈ ਸੀ, ਉਹਦਾ ਨਾਂ ਉਹ ਹੈਗੀ ਆ ਇਨਹੈਪਟਰ। ਮੈਂ ਤਾਂ ਬੋਲ ਦਿੰਦਾ ਕਿ ਜਿੱਥੇ ਮਰਜ਼ੀ ਲੋਕਾਂ ਨੂੰ ਮਿਲ ਜੇ ਇਨਹੈਪਟਰ, ਇੱਕ ਕੋਈ ਸਾਡੀ ਆਪਦੀ ਨਹੀਂ ਹੈ, ਇਹ ਆਮ ਮਾਰਕੀਟ 'ਚ ਮਿਲਦੀ ਹੈ ਚੀਜ਼, ਉਹ ਤੋਂ ਬਣਦੀ ਆ। ਇਨਹੈਪਟਰ ਜਿਹੜਾ ਹੈਗਾ ਉਹ ਜਦੋਂ ਪਹਿਲਾਂ ਤਾਂ ਉਹਨਾਂ ਨੇ ਵਾਲ ਜਿੱਦਾਂ ਵੀ ਉਹਨਾਂ ਦੇ ਸਾਫ਼ ਹੁੰਦੇ ਨੇ ਕਰ ਲੈਣ, ਪਲੱਕਰ ਨਾਲ ਕਰ ਲੈਣ, ਉਹ ਕਿਸੇ ਵੀ ਲੇਜ਼ਰ ਨਾਲ ਕਰ, ਜਿੱਦਾਂ ਵੀ ਉਹ ਵਾਲ ਕਰਦੇ ਆ ਕਰ ਲੈਣ ਸਾਫ਼, ਅਤੇ ਉਹ ਜਿਹੜੀ ਇਨਹੈਪਟਰ ਕਰੀਮ ਆ ਉਹਨੂੰ ਲਾਉਣਾ ਸ਼ੁਰੂ ਕਰ ਦਿਉ। ਖਾਣ ਨਾਲ ਕੋਈ ਫਰਕ ਨਹੀਂ ਪੈਂਦਾ, ਖਾਣ ਨੂੰ ਕੁਛ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ, ਅਤੇ ਉਹ ਕਰੀਮ ਜਿਹੜੀ ਇਨਹੈਪਟਰ ਅਸੀਂ ਲਵਾਈ ਤਾਂ ਸਾਡੇ ਬਹੁਤ ਸਾਰੀਆਂ ਮਾਤਾ ਭੈਣਾਂ, ਸਾਡੇ ਕੋਲ ਜ਼ਿਆਦਾ ਏਜ਼ ਵਾਲੀ ਲੇਡੀਜ਼ ਆਈਆਂ ਸੀ ਉਹਦੇ ਵਿੱਚ, ਹੁਣ ਵੀ ਆਉਂਦੀਆਂ ਨੇ, ਅਤੇ ਉਹਨਾਂ ਨੂੰ ਦਿੱਤੀ ਅਸੀਂ ਉਹ। ਅੱਛਾ, ਉਹਦਾ ਜਿਹੜਾ ਬੈਨੀਫਿਟ ਮਿਲਿਆ ਜੀ, ਉਹ ਕਮਾਲ ਮਿਲਿਆ। ਅੱਛਾ, ਕੀ ਰਿਜ਼ਲਟ ਰਿਹਾ ਜੀ? ਉਹਦਾ ਰਿਜ਼ਲਟ ਇਹ ਰਿਹਾ ਕਿ ਮਤਲਬ ਜਿਵੇਂ ਸਾਲ ਸਵਾ ਸਾਲ ਦੇ ਵਿੱਚ ਵਿੱਚ ਹੇਅਰ ਆਉਣੇ ਬੰਦ ਹੋ ਗਏ। ਠੀਕ, ਉਹ ਮਤਲਬ ਅਸੀਂ ਉਹਨਾਂ ਲਈ ਕੁਛ ਨਹੀਂ ਕੀਤਾ ਵੱਡਾ, ਅਸੀਂ ਉਹ ਸਪੋਰ ਜਿਹੜੇ ਸੀਗੇ ਉਹ ਬਲੌਕ ਕਰਤੇ ਉਸ ਚੀਜ਼ ਨੇ, ਹੋਰ ਕੁਛ ਨਹੀਂ ਹੋਇਆ। ਵੀ ਉਹ ਜਿਹੜੇ ਹਾਰਮੋਨ ਬੈਲੈਂਸ ਆ ਉਹ ਤਾਂ ਉਹ ਅਲੱਗ ਟ੍ਰੀਟਮੈਂਟ ਆ ਉਹ ਦਿੱਤੇ, ਉਹਦੇ ਨਾਲ ਬਹੁਤ ਘੱਟ ਰਿਜ਼ਲਟ ਆਇਆ, ਹਾਰਮੋਨ ਸੈਟਿੰਗ ਕਰਨ ਦੇ ਵਿੱਚ ਬਹੁਤ ਘੱਟ ਰਿਜ਼ਲਟ ਆਇਆ, ਲੇਕਿਨ ਵਾਲ ਜਿਹੜੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹ ਕੰਮ ਕਰ ਗਈ ਸਾਡੀ ਇਨਹੈਪਟਰ ਕਰੀਮ ਸੀਗੀ, ਉਹਨੇ ਬਹੁਤ ਵਧੀਆ ਰਿਜ਼ਲਟ ਦੇ। ਜਿਹੜੇ ਲੜਕੀਆਂ ਦੇ ਚਿਹਰੇ ਤੇ ਵਾਲ ਬਹੁਤ ਜ਼ਿਆਦਾ ਗਰੋਥ ਹੋ ਗਈ ਆ, ਉਹਦਾ ਹੱਲ ਕੀ ਹੈ? ਵੈਸੇ ਆਪਾਂ ਕਾਰਨਾਂ 'ਤੇ ਤਾਂ ਗੱਲ ਕਰ ਲਈ ਆ, ਉਹਦਾ ਹੱਲ ਕੀ ਹੈ ਫਿਰ? ਉਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ, ਆਪਣਾ ਸੋਢੀ ਸਾਹਿਬ, ਅਸੀਂ ਪਿੱਛੇ ਜੇ ਕੋਈ 4 ਕੁ ਸਾਲ ਹੋ ਗਏ, 3-4 ਸਾਲ ਹੋ ਗਏ, ਅਸੀਂ ਇੱਕ ਕਰੀਮ ਬਣਾਈ ਸੀ, ਉਹਦਾ ਨਾਂ ਉਹ ਹੈਗੀ ਆ ਇਨਹੈਪਟਰ। ਮੈਂ ਤਾਂ ਬੋਲ ਦਿੰਦਾ ਕਿ ਜਿੱਥੇ ਮਰਜ਼ੀ ਲੋਕਾਂ ਨੂੰ ਮਿਲ ਜੇ ਇਨਹੈਪਟਰ, ਇੱਕ ਕੋਈ ਸਾਡੀ ਆਪਦੀ ਨਹੀਂ ਹੈ, ਇਹ ਆਮ ਮਾਰਕੀਟ 'ਚ ਮਿਲਦੀ ਹੈ ਚੀਜ਼, ਉਹ ਤੋਂ ਬਣਦੀ ਆ। ਇਨਹੈਪਟਰ ਜਿਹੜਾ ਹੈਗਾ ਉਹ ਜਦੋਂ ਪਹਿਲਾਂ ਤਾਂ ਉਹਨਾਂ ਨੇ ਵਾਲ ਜਿੱਦਾਂ ਵੀ ਉਹਨਾਂ ਦੇ ਸਾਫ਼ ਹੁੰਦੇ ਨੇ ਕਰ ਲੈਣ, ਪਲੱਕਰ ਨਾਲ ਕਰ ਲੈਣ, ਉਹ ਕਿਸੇ ਵੀ ਲੇਜ਼ਰ ਨਾਲ ਕਰ, ਜਿੱਦਾਂ ਵੀ ਉਹ ਵਾਲ ਕਰਦੇ ਆ ਕਰ ਲੈਣ ਸਾਫ਼, ਅਤੇ ਉਹ ਜਿਹੜੀ ਇਨਹੈਪਟਰ ਕਰੀਮ ਆ ਉਹਨੂੰ ਲਾਉਣਾ ਸ਼ੁਰੂ ਕਰ ਦਿਉ। ਖਾਣ ਨਾਲ ਕੋਈ ਫਰਕ ਨਹੀਂ ਪੈਂਦਾ, ਖਾਣ ਨੂੰ ਕੁਛ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ, ਅਤੇ ਉਹ ਕਰੀਮ ਜਿਹੜੀ ਇਨਹੈਪਟਰ ਅਸੀਂ ਲਵਾਈ ਤਾਂ ਸਾਡੇ ਬਹੁਤ ਸਾਰੀਆਂ ਮਾਤਾ ਭੈਣਾਂ, ਸਾਡੇ ਕੋਲ ਜ਼ਿਆਦਾ ਏਜ਼ ਵਾਲੀ ਲੇਡੀਜ਼ ਆਈਆਂ ਸੀ ਉਹਦੇ ਵਿੱਚ, ਹੁਣ ਵੀ ਆਉਂਦੀਆਂ ਨੇ, ਅਤੇ ਉਹਨਾਂ ਨੂੰ ਦਿੱਤੀ ਅਸੀਂ ਉਹ। ਅੱਛਾ, ਉਹਦਾ ਜਿਹੜਾ ਬੈਨੀਫਿਟ ਮਿਲਿਆ ਜੀ, ਉਹ ਕਮਾਲ ਮਿਲਿਆ। ਅੱਛਾ, ਕੀ ਰਿਜ਼ਲਟ ਰਿਹਾ ਜੀ? ਉਹਦਾ ਰਿਜ਼ਲਟ ਇਹ ਰਿਹਾ ਕਿ ਮਤਲਬ ਜਿਵੇਂ ਸਾਲ ਸਵਾ ਸਾਲ ਦੇ ਵਿੱਚ ਵਿੱਚ ਹੇਅਰ ਆਉਣੇ ਬੰਦ ਹੋ ਗਏ। ਠੀਕ, ਉਹ ਮਤਲਬ ਅਸੀਂ ਉਹਨਾਂ ਲਈ ਕੁਛ ਨਹੀਂ ਕੀਤਾ ਵੱਡਾ, ਅਸੀਂ ਉਹ ਸਪੋਰ ਜਿਹੜੇ ਸੀਗੇ ਉਹ ਬਲੌਕ ਕਰਤੇ
ਉਸ ਚੀਜ਼ ਨੇ, ਹੋਰ ਕੁਛ ਨਹੀਂ ਹੋਇਆ। ਵੀ ਉਹ ਜਿਹੜੇ ਹਾਰਮੋਨ ਬੈਲੈਂਸ ਆ ਉਹ ਤਾਂ ਉਹ ਅਲੱਗ ਟ੍ਰੀਟਮੈਂਟ ਆ ਉਹ ਦਿੱਤੇ, ਉਹਦੇ ਨਾਲ ਬਹੁਤ ਘੱਟ ਰਿਜ਼ਲਟ ਆਇਆ, ਹਾਰਮੋਨ ਸੈਟਿੰਗ ਕਰਨ ਦੇ ਵਿੱਚ ਬਹੁਤ ਘੱਟ ਰਿਜ਼ਲਟ ਆਇਆ। ਲੇਕਿਨ ਬਾਲ ਜਿਹੜੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹ ਕੰਮ ਕਰ ਗਈ ਸਾਡੀ ਇਨਹੈਪਟਰ ਕਰੀਮ ਸੀਗੀ, ਉਹਨੇ ਬਹੁਤ ਵਧੀਆ ਰਿਜ਼ਲਟ ਦਿੱਤਾ।